खड़े दे उपर सूबा पदरी समागम किया जा रहा है। खटखड़ कलां दे विच भगवंत सिंह मान होनी पहुंच चुके ने, उन्हां दी टीम उन्हां दे नाल है। तस्वीरां तुसी देख रहे हो खटखड़ कलां दे विच, जिथे सब तो पहला वह शहीद आजम भगत सिंह दे पुत नूं श्रद्धा दे फुल जिहड़े है वह भेट करनगे। उस तों बाद जिहड़ा समागम अंदर चल रहा है, स्टेज चल रही है, उस ते जाके संबोधन होणगे। तस्वीरां तुसी सामने लाइव तस्वीरां देख रहे हो कि पंजाब दे मुख्यमंत्री भगवंत सिंह मान होना ने अज पंजाब भर दे विच सूबा पदरी समागम जिहड़े ने वह रखे हुए ने। इस तों बाद हुसैनीवाला बॉर्डर दे उपर भी जाणगे फिरोजपुर विखे। तां तस्वीरां तुसी देख रहे हो कि पंजाब दे मुख्यमंत्री भगवंत सिंह मान पहला शहीद आजम भगत सिंह दी मूर्ति दे अगे श्रद्धा दे फुल भेंट करनगे। उस तों बाद जो समागम है वह रख्या होया है, तां सलामी जिहड़ी है वह पंजाब पुलिस दे जवानां दे वल्लों दित्ती जा रही है। ਤਾਂ ਉਹਨਾਂ ਦੇ ਨਾਲ ਐਮ ਐਲ ਏ ਸਾਹਿਬਾਨ ਅਤੇ ਮੰਤਰੀ ਸਾਹਿਬਾਨ, ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਰਧਾ ਦੇ ਫੁੱਲ ਜਿਹੜੇ ਹੈ ਉਹ ਪੇਂਟ ਕਰਦੇ ਹੋਏ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੀ ਤਸਵੀਰ ਨੂੰ, ਕਿਉਂਕਿ ਸਰਕਾਰ ਬਣਦਿਆਂ ਹੀ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਪਰ ਪਹਿਰਾ ਦੇਣ ਲਈ ਕਿਹਾ ਗਿਆ, ਉਹਨਾਂ ਦੇ ਸਰਕਾਰੀ ਅਦਾਰਿਆਂ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੀ ਤਸਵੀਰ ਲਾਉਣ ਲਈ ਕਿਹਾ ਗਿਆ। ਹਾਲਾਂਕਿ ਕਹਿੰਦੇ ਨੇ ਕਿ ਮੁੱਖ ਮੰਤਰੀ ਦੀ ਤਸਵੀਰ ਨਹੀਂ ਹੋਣੀ ਚਾਹੀਦੀ। ਤਾਂ ਤਸਵੀਰਾਂ ਤੁਸੀਂ ਦੇਖੋ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ, ਉਹਨਾਂ ਦੇ ਨਾਲ ਮੰਤਰੀ ਜਿੰਪਾ ਨੇ, ਐਮ ਐਲ ਏ ਸਾਹਿਬਾਨ ਨੇ ਹੋਰ ਵੀ। ਤਾਂ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਹੁਣ ਉਹ ਜੋ ਸਮਾਗਮ ਰੱਖਿਆ ਗਿਆ, ਸਟੇਜ ਲੱਗੀ ਹੋਈ ਹੈ, ਤਾਂ ਉਹਨੂੰ ਸੰਬੋਧਨ ਹੋਣਗੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਖਟਖਟ ਕਲਾਂ ਤੋਂ ਕਿ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਜੀਦੇ ਆਦਮ ਤਸਵੀਰਾਂ ਦੇ ਵਿੱਚ ਸਾਹਿਬ ਭਗਤ ਸਿੰਘ ਜੀ ਦੇ ਇਹ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਜਨਮ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਭਗਤ ਸਿੰਘ ਹੋਣਾ ਦਾ। ਤਾਂ ਤਸਵੀਰ ਜੀਦੇ ਆਦਮ ਭਗਤ ਸਿੰਘ ਜੀ ਦਾ ਕਲਾਂ ਦੀ ਜਨਮ ਦਿਹਾੜਾ ਮਨਾਉਣ ਦੇ ਲਈ ਭਗਵੰਤ ਸਿੰਘ ਮਾਨ ਜੀ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਹੁਣ ਸੰਬੋਧਨ ਹੋਣਗੇ, ਲੋਕਾਂ ਨੂੰ ਸੰਬੋਧਨ ਹੋਣਗੇ। ਤਾਂ ਤਸਵੀਰਾਂ ਤੁਸੀਂ ਖਟਖਟ ਕਲਾਂ ਤੋਂ ਦੇਖ ਰਹੇ ਹੋ ਕਿ ਹੁਣ ਇਸ ਸਮਾਗਮ ਨੂੰ ਸੰਬੋਧਨ ਹੋਣਗੇ, ਰਸਮੀ ਐਲਾਨ ਜਿਹੜਾ ਇਸ ਸਮਾਗਮ ਦਾ ਕੀਤਾ ਜਾਣਾ ਹੈ। ਤਾਂ ਖਟਖਟ ਕਲਾਂ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਲਾਈਵ ਦੇਖ ਰਹੇ ਹੋ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਖਟਖਟ ਕਲਾਂ।